Good morning, students. Today we will start a new chapter, ratio analysis. Firstly, we will discuss about the meaning of ratio. A ratio is a simple arithmetical expression of the relationship of one number to one. Please see the two ratio by meaning given that if you have to see two variables in the relationship to show cards, then the four ratio to cards. This is a ratio of the balance sheet to the transaction. ਮੈਂ ਪਹਿਲਾਂ ਹੀ ਦੱਸ ਚੁੱਕੀ ਹਾਂ ਕਿ ਜਦੋਂ ਦੋ ਵੇਰੀਏਬਲਸ ਦੇ ਵਿੱਚ ਆਪਾਂ ਕੰਪੈਰੀਬਿਲਿਟੀ ਕਰਦੇ ਹਾਂ ਤਾਂ ਆਪਾਂ ਉਸਦੇ ਨਾਲ ਕੀ ਕਹਿ ਸਕਦੇ ਹਾਂ ਰੇਸ਼ੋਜ਼ ਦੀ ਕੈਲਕੂਲੇਸ਼ਨਸ ਕਰ ਸਕਦੇ ਹਾਂ ਦੈਨ ਗਰੁੱਪ ਆਫ ਰੇਸ਼ੋਜ਼ ਜਦੋਂ ਦੋ ਤੋਂ ਜ਼ਿਆਦਾ ਰੇਸ਼ੋਜ਼ ਦੀ ਕਰ ਰਹੇ ਹੋ ਤਾਂ ਉਹ ਗਰੁੱਪ ਆਫ ਰੇਸ਼ੋਜ਼ ਹੈ ਹਿਸਟੋਰੀਕਲ ਕਿਹੜਾ ਹੁੰਦਾ ਪਾਸਟ ਡਾਟਾ ਨੂੰ ਕੰਪੈਰੀਜ਼ਨ ਕਰਨਾ ਪ੍ਰੋਜੈਕਟਡ ਕਿਸ ਚੀਜ਼ ਦੇ ਲਈ ਹੁੰਦਾ ਪ੍ਰੋਗਰਾਮੈਟਿਕ ਹੋਇਆ ਜਾਂ ਪ੍ਰੋਜੈਕਟਡ ਰੇਸ਼ੋਜ਼ ਹੋਇਆ ਫਿਊਚਰ ਦੇ ਲਈ ਹੁੰਦੀਆਂ ਨੇ ਇੰਟਰਫੋਰਮ ਇੱਕ ਹੁੰਦਾ ਇੰਟਰਾ ਇੱਕ ਹੁੰਦਾ ਇੰਟਰ ਜਦੋਂ ਆਪਣੇ ਆਪ ਨਾਲ ਕਰਦੇ ਆਪਾਂ ਉਹ ਤਾਂ ਇੰਟਰ ਹੈ ਜਦੋਂ ਆਪਾਂ ਦੂਜੀ ਫਰਮ ਨਾਲ ਕੰਪੈਰੀਬਿਲਿਟੀ ਕਰ ਰਹੇ ਤਾਂ ਉਹ ਕੀ ਹੈ ਇੰਟਰਫੋਰਮ ਕੰਪੈਰੀਜ਼ਨ ਤਾਂ ਇਸਦੇ ਕੁਛ ਯੂਜਸ ਨੇ ਐਕੂਰੇਟ ਹੈ ਰਿਜੈਕਟਿਵਿਟੀ ਹੈ ਸਟੈਂਡਰਡਸ ਨੂੰ ਆਪਾਂ ਯੂਜ਼ ਕਰ ਸਕਦੇ ਹਾਂ ਸਟੈਂਡਰਡਸ ਨੂੰ ਸੈੱਟ ਕਰਕੇ ਰਿਜ਼ਲਟਸ ਫਾਈਂਡ ਆਊਟ ਕਰ ਸਕਦੇ ਹਾਂ ਬਿਲਕੁਲ ਈਜ਼ੀ ਪੁਆਇੰਟਸ ਨੇ ਬਟ ਜਿੱਥੇ ਕੁਛ ਬੈਨੀਫਿਟਸ ਨੇ ਨਾ ਰੇਸ਼ੋ ਦੇ ਕੁਛ ਲਿਮਿਟੇਸ਼ਨਸ ਵੀ ਨੇ ਕੀ ਦੇਖੋ ਲਿਮਿਟਡ ਯੂਜ਼ ਆਫ ਸਿੰਗਲ ਰੇਸ਼ੋ ਦੇਖੋ ਜੇ ਆਪਾਂ ਗੱਲ ਕਰੀਏ ਕਰੰਟ ਰੇਸ਼ੋ ਦੀ ਤਾਂ ਤੁਸੀਂ ਇਸਨੂੰ ਸਿਰਫ ਯੂਜ਼ ਕਰਦੇ ਹੋ ਕਰੰਟ ਐਸੈਟਸ ਦੇ ਲਾਇਬਿਲਿਟੀਜ਼ ਦੇ ਲਈ ਜੇ ਆਪਾਂ ਗੱਲ ਕਰੀਏ ਸੋਲਵੈਂਸੀ ਰੇਸ਼ੋ ਦੀ ਤਾਂ ਜੇ ਆਪਾਂ ਗੱਲ ਕਰੀਏ ਐਕਟੀਵਿਟੀਜ਼ ਰੇਸ਼ੋ ਦੀ ਲਾਈਕ ਸਟੋਕ ਟਰਨਓਵਰ ਰੇਸ਼ੋ ਹੋਊਗੀ ਡੈਟਰ ਕ੍ਰੈਡਿਟ ਸਾਰੀਆਂ ਆਪਾਂ ਕਰਾਂਗੇ ਰੇਸ਼ੋਜ਼ ਤਾਂ ਕੋਈ ਵੀ ਇੱਕ ਰੇਸ਼ੋ ਸਿਰਫ ਇੱਕ ਰਿਜ਼ਲਟ ਦੇ ਪਾਉਂਦੇ ਤੁਹਾਨੂੰ ਦੈਨ ਲੈਕ ਆਫ ਐਡੀਕੇਟ ਸਟੈਂਡਰਡ ਤੁਸੀਂ ਹਰ ਇੱਕ ਦੀ ਸਟੈਂਡਰਡ ਸੈੱਟ ਕਰਕੇ ਇੰਟਰਪ੍ਰਟੇਸ਼ਨ ਕਰ ਪਾਓ ਇਹ ਵੀ ਤੁਹਾਡੇ ਲਈ ਪੋਸੀਬਲ ਨਹੀਂ ਹੈ ਦੈਨ ਇਨਹੈਰੈਂਟ ਲਿਮਿਟੇਸ਼ਨਸ ਆਫ ਅਕਾਊਂਟਿੰਗ ਜਿਹੜੀ ਰੇਸ਼ੋ ਉਹ ਵੀ ਫਾਈਨੈਂਸ਼ੀਅਲ ਸਟੇਟਮੈਂਟ ਵਾਂਗ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਕੀ ਕਰ ਰਹੀ ਹੈ ਫਾਈਂਡ ਆਊਟ ਕਰ ਰਹੀ ਹੈ ਦੈਨ ਚੇਂਜਸ ਆਫ ਅਕਾਊਂਟਿੰਗ ਪ੍ਰੋਸੀਜਰਸ ਹੋ ਸਕਦਾ ਤੁਹਾਡੇ ਮੈਥਡ ਆਫ ਇਨਵੈਂਟਰੀ ਵੈਲੂਏਸ਼ਨ ਜਾਂ ਫਿਰ ਸਟੋਕ ਵਗੈਰਾ ਇਹ ਸਾਰੇ ਕੀ ਨੇ ਕਿ ਦੇਖੋ ਇਨਵੈਂਟਰੀ ਹੋਈ ਸਟੋਕ ਹੋਈ ਤਾਂ ਆਪਣੀ ਇਹਨਾਂ ਦੇ ਮੈਥਡਸ ਕਿਵੇਂ ਰਿਲੀਜ਼ ਹੋਈ ਆਪਾਂ ਸਟੋਕ ਨੂੰ ਕੀ ਕਹਿ ਸਕਦੇ ਹਾਂ ਇਨਵੈਂਟਰੀ ਕਹਿ ਸਕਦੇ ਹਾਂ ਤਾਂ ਇਹ ਅਲੱਗ ਅਲੱਗ ਨੇਮਸ ਨੇ ਜਿਹੜੇ ਇਹਨਾਂ ਦੀ ਵਜ੍ਹਾ ਕਰਕੇ ਅਕਾਊਂਟਿੰਗ ਪ੍ਰੋਸੀਜਰਸ ਕੀ ਹੋ ਜਾਂਦੇ ਨੇ ਆਪਣੇ ਅਨਇੰਪਲੀਮੈਂਟਡ ਹੋ ਜਾਂਦੇ ਤੁਹਾਡਾ ਕਲਾਸੀਫਿਕੇਸ਼ਨ ਦੇ ਵਿੱਚ ਬੈਲੈਂਸ ਸ਼ੀਟ ਰੇਸ਼ੋ ਪ੍ਰੋਫਿਟ ਐਂਡ ਲੋਸ ਅਕਾਊਂਟ ਰੇਸ਼ੋ ਅਤੇ ਕੰਪੋਜ਼ਿਟ ਜਾਂ ਫਿਰ ਮਿਕਸਡ ਰੇਸ਼ੋ ਬੈਲੈਂਸ ਸ਼ੀਟ ਰੇਸ਼ੋ ਦੇ ਵਿੱਚ ਆਪਣੇ ਰੇਸ਼ੋਜ਼ ਆ ਜਾਣਗੇ ਕਰੰਟ ਲਿਕੁਅਡ ਡੈਟ ਇਕੁਇਟੀ ਪ੍ਰੋਪਰਾਈਟਰੀ ਇਹ ਸਾਰੀਆਂ ਤਾਂ ਆਪਾਂ ਪਹਿਲੀ ਰੇਸ਼ੋ ਕਰਾਂਗੇ ਸਟਾਰਟ ਅੱਜ ਕਰੰਟ ਰੇਸ਼ੋ ਸਭ ਤੋਂ ਪਹਿਲਾਂ ਤੁਸੀਂ ਇਹ ਯਾਦ ਰੱਖਣਾ ਵੀ ਲਿਕੁਇਡ ਰੇਸ਼ੋਜ਼ ਕਿਹੜੀਆਂ ਨੇ ਐਕਟੀਵਿਟੀਜ਼ ਕਿਹੜੀਆਂ ਨੇ ਅਤੇ ਪ੍ਰੋਫਿਟੇਬਿਲਿਟੀ ਕਿਹੜੀਆਂ ਨੇ ਐਕਟੀਵਿਟੀਜ਼ ਰੇਸ਼ੋ ਕਿਹੜੀਆਂ ਕਹਿ ਸਕਦੇ ਆਪਾਂ ਟਰਨਓਵਰ ਰੇਸ਼ੋਸ ਜਿਵੇਂ ਇਨਵੈਂਟਰੀ ਡੈਟਰ ਕ੍ਰੈਡਿਟ ਇਹ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ ਲਿਕੁਇਡਿਟੀ ਕਰੰਟ ਲਿਕੁਇਡ ਐਬਸੋਲਿਊਟ ਲਿਕੁਇਡ ਇਹ ਸਾਰੀਆਂ ਹੋ ਗਈਆਂ ਠੀਕ ਹੈ ਪ੍ਰੋਫਿਟੇਬਿਲਿਟੀ ਲਾਈਕ GPNP ਗਰੋਸ ਪ੍ਰੋਫਿਟ ਨੈੱਟ ਪ੍ਰੋਫਿਟ ਤਾਂ ਆਪਣੀ ਫਸਟ ਜਿਹੜੀ ਰੇਸ਼ੋ ਹੈ ਉਹ ਹੈਗੇ ਨੇ ਆਪਣੀ ਫਾਈਨੈਂਸ਼ੀਅਲ ਪੋਜੀਸ਼ਨ ਦੇ ਬੇਸਿਸ 'ਤੇ ਜਾਂ ਫਿਰ ਲਿਕੁਇਡਿਟੀ ਦੀ ਬੇਸਿਸ 'ਤੇ ਫਸਟ ਰੇਸ਼ੋ ਹੈਗੀ ਆਪਣੀ ਲਿਕੁਇਡਿਟੀ ਰੇਸ਼ੋ ਤਾਂ ਆਪਾਂ ਲਿਕੁਇਡਿਟੀ ਰੇਸ਼ੋ ਤੋਂ ਪਹਿਲਾਂ ਸਮਝਾਂਗੇ ਕਰੰਟ ਰੇਸ਼ੋ ਕਿਉਂਕਿ ਜਿਹੜੀ ਕਰੰਟ ਰੇਸ਼ੋ ਨਾ ਉਹ ਲਿਕੁਇਡਿਟੀ ਰੇਸ਼ੋਜ਼ ਦੀ ਫਸਟ ਰੇਸ਼ੋ ਹੈ ਲਿਕੁਇਡਿਟੀ ਦਾ ਮੀਨਿੰਗ ਕੀ ਹੁੰਦਾ ਉਹ ਸਾਰੇ ਐਸੈਟਸ ਕਰੰਟ ਐਸੈਟਸ ਜਿਹਨਾਂ ਨੂੰ ਆਪਾਂ ਈਜ਼ਲੀ ਕੈਸ਼ ਦੇ ਵਿੱਚ ਕਨਵਰਟ ਕਰ ਸਕੀਏ ਜਦੋਂ ਆਪਾਂ ਨੂੰ ਨੀਡ ਅਰਾਈਜ਼ ਹੋ ਜਾਂਦੀ ਹੈ ਕੈਸ਼ ਦੀ ਤਾਂ ਫਸਟ ਰੇਸ਼ੋ ਕਿਹੜੀ ਹੈ ਆਪਣੀ ਕਰੰਟ ਰੇਸ਼ੋ ਕਰੰਟ ਰੇਸ਼ੋ ਤੁਹਾਨੂੰ ਕੀ ਦੱਸਦੀ ਹੈ ਕਰੰਟ ਐਸੈਟਸ ਅਤੇ ਕਰੰਟ ਲਾਇਬਿਲਿਟੀਜ਼ ਦੇ ਵਿੱਚ ਰਿਲੇਸ਼ਨਸ਼ਿਪ ਦੱਸਦੀ ਹੈ ਪਹਿਲੀ ਗੱਲ ਤਾਂ ਜੇ ਆਪਾਂ ਗੱਲ ਕਰਦੇ ਹਾਂ
करंट एसेट्स की, तो इनवेंट्रीज हो गए अपने, बी आर हो गए, तो जो भी अपन कैश की जरूरत पैंदी है अपन की कर लें, कन्वर्ट कर लें कैश के, तो करंट रेशो का फॉर्मूला की है, करंट एसेट्स अपॉन करंट लाइबिलिटीज, तो जिन्हें भी करंट एसेट्स ने अपन डिवाइड कर देवे करंट लाइबिलिटीज ना, तो को आ जाएगी करंट रेशो आ जाएगी। आप इस एक नुमेरिकल क्वेश्चन करते हैं। सब तो पहला करंट रेशो तुम यह पता होना चाहिए भी आइडल कितनी होती है, 2:1। जे तुहाडा क्वेश्चन दे विच की आ जाता है आंसर 2:1 आ जाता है, तो तुसीं इंटरप्रिटेशन दे विच लिखना वो कंपलसरी है तुहाडे लई, मैं कह रही तुहानूं भी लिखना जरूरी है, बट तुसीं तुहाडी इच्छा भी लिखना नहीं लिखना, बट इहदे नाल तुहाडे सामने जिहड़ी इंटरप्रिटेशन बहुत वधिया हो जाती है। जे तुसीं कैलकुलेशन तो बाद नोट भी कर दिंदे हो नाल भी आइडल रेशो जिहड़ी करंट रेशो दी होंदी है 2:1, जे तुहाडा आंसर 2:1 दे विच है तां तुसीं कह सकते हो इट इज़ सैटिस्फैक्टरी पोजिशन। दैन आप क्वेश्चन करते हैं इसका, करंट एसेट्स से तुम्हें करंट लाइबिलिटीज़ ने, एसेट्स कितने दिन तुम्हारे 250 दिन, तो लाइबिलिटीज़ 1 लिख देने, तो रेशो किमें कढ़ोगे करंट एसेट्स अपॉन करंट लाइबिलिटीज़, तो रेशो कितनी है तुम्हारे को 2.5, मीनिंग की है भी जो एसेट्स ने ना वो 2.5 टाइम्स मोर ने दैन करंट लाइबिलिटीज़। तो तुम जो करंट रेशो मैथड करवाया मैं इसके मैक्सीम टू मैक्सीम क्वेश्चन ने तुम ट्राई करके वेखने ने करंट रेशो के। नैक्सट आप एक रेशो होर कर लेंगे अज लिक्विड रेशो। हूँ देखो लिक्विड रेशो का फॉर्मूला तुहाडे कोल लिक्विड एसेट्स अपॉन करंट लाइबिलिटीज़, करंट लाइबिलिटीज़ सेम ही रहनगियां, डिफरेंस कित्थे है सिर्फ लिक्विड एसेट्स दे विच, तो इहदे विच बाकी सारा तुसीं सेम लिखने ने, करंट एसेट्स सेम ही रखने ने, बस उहदे विचों की करना है तुसीं इनवेंटरीज़ ते प्रीपेड एक्सपेंसिज नूं माइनस कर देना है। जिथे भी तुहाडे कोल की ने करंट एसेट्स तां लिखोगे ही लिखोगे सारे, उन्हां दे विचों इनवेंटरीज प्लस प्रीपेड एक्सपेंसिज नूं माइनस कर दोगे की आ जाएगी तुहाडी लिक्विड एसेट्स आ जाएंगे। ਤਾਂ ਇਹ ਤੁਹਾਡਾ ਕੀ ਹੈ ਫੋਰਮੂਲਾ ਲਿਕੁਇਡ ਰੇਸ਼ੋ ਨੂੰ ਕੈਲਕੂਲੇਟ ਕਰਨ ਦਾ। ਜਿਵੇਂ ਮੈਂ ਤੁਹਾਨੂੰ ਪ੍ਰੀਵੀਅਸ ਮੈਥਡ ਦੇ ਵਿੱਚ ਦੱਸਿਆ ਸੀ ਕਿ ਜਿਹੜੀ ਆਈਡਲ ਰੇਸ਼ੋ ਹੁੰਦੀ ਹੈ ਕਰੰਟ ਰੇਸ਼ੋ ਦੇ ਵਿੱਚ ਉਹ ਹੁੰਦੀ ਹੈ 2:1, ਬਟ ਲਿਕੁਇਡ ਰੇਸ਼ੋ ਦੇ ਵਿੱਚ ਹੁੰਦਾ 1:1। ਜੇ ਤੁਹਾਡਾ ਆਂਸਰ 1:1 ਹੈ ਤਾਂ ਮਤਲਬ ਕਿ ਤੁਸੀਂ ਕੀ ਹੈ ਤੁਹਾਡੀ ਪਰਫੋਰਮੈਂਸ ਸੈਟਿਸਫੈਕਟਰੀ ਹੈ। ਤਾਂ ਆਪਾਂ ਕਿਸ ਦਾ ਕੁਐਸਚਨ ਕਰਦੇ ਹਾਂ, ਦੇਖੋ ਕਰੰਟ ਐਸਟ ਤੁਸੀਂ ਲਿਖੋਗੇ ਸਾਰੇ, ਉਹਦੇ ਵਿੱਚੋਂ ਕੀ ਕਰੋਗੇ ਜੇ ਕਿਤੇ ਵੀ ਪ੍ਰੀਪੇਡ ਐਕਸਪੈਂਸ ਦਿੱਤੇ ਨੇ ਜਾਂ ਫਿਰ ਤੁਹਾਨੂੰ ਇਨਵੈਂਟਰੀਜ਼ ਮੀਨਸ ਸਟੋਕ ਦਿੱਤਾ ਹੋਇਆ ਤਾਂ ਉਹਨੂੰ ਮਾਈਨਸ ਕਰਕੇ ਤੁਹਾਡੇ ਕੋਲ ਕੀ ਆ ਜਾਣਗੇ, ਕੁਇਕ ਐਸਟਸ ਜਾਂ ਫਿਰ ਲਿਕੁਇਡ ਐਸਟਸ ਆ ਜਾਣਗੇ, ਰਿਲਾਇਬਿਲਟੀਜ਼ ਤੁਹਾਡੀਆਂ ਸੇਮ ਹੀ ਰਹਿਣਗੀਆਂ। ਹੁਣ ਦੇਖੋ ਇਹ ਬਿਲਕੁਲ ਈਜ਼ੀ ਜੀ ਗੱਲ ਹੈ, ਹੁਣ ਮੈਂ ਤੁਹਾਨੂੰ ਕਰੰਟ ਐਸਟ ਦੱਸਾਂ, ਕਰੰਟ ਲਾਇਬਿਲਟੀਜ਼ ਦੱਸਾਂ ਵੀ ਕਿਹੜੇ ਹੁੰਦੇ ਨੇ, ਤੁਹਾਨੂੰ ਪਤਾ ਵੀ ਕਰੰਟ ਐਸਟਸ ਕਿਹੜੇ ਨੇ, ਲਾਇਬਿਲਟੀਜ਼ ਕਿਹੜੇ ਨੇ। ਜੇ ਕਿਸੇ ਨੂੰ ਫਿਰ ਵੀ ਨਹੀਂ ਪਤਾ ਨਾ, ਤਾਂ ਇਹਦੇ ਵਿੱਚ ਤੁਹਾਨੂੰ ਲਿਸਟ ਦਿੱਤੀ ਹੋਈ ਹੈ ਬੁੱਕ ਦੇ ਵਿੱਚ, ਆਈ ਥਿੰਕ ਸਟਾਰਟਿੰਗ ਦੇ ਵਿੱਚ ਹੋ ਸਕਦੀ ਹੈ ਲਿਸਟ, ਉਹਦੇ ਵਿੱਚ ਪਹਿਲਾਂ ਤੁਸੀਂ ਫਿਰ ਯਾਦ ਕਰ ਲਓ ਵੀ ਐਸਟਸ ਕਿਹੜੇ ਹੁੰਦੇ ਨੇ, ਕਰੰਟ ਅਤੇ ਲਾਇਬਿਲਟੀਜ਼ ਕਿਹੜੀਆਂ ਹੁੰਦੀਆਂ ਨੇ ਗੀਆਂ। ਦੈਨ ਇੱਕ ਆਪਣਾ ਕੁਐਸਚਨ ਹੋਰ ਹੈ, ਐਬਸੋਲਿਊਟ ਲਿਕੁਇਡ ਰੇਸ਼ੋ। ਤਾਂ ਐਬਸੋਲਿਊਟ ਦੇ ਵਿੱਚ ਕੀ ਆ ਜਾਣਗੇ ਤੁਹਾਡੇ ਐਬਸੋਲਿਊਟ ਲਿਕੁਇਡ ਐਸਟਸ ਅਪੋਨ ਕਰੰਟ ਲਾਇਬਿਲਿਟੀਜ਼। ਦੇਖੋ 6.10 ਪੇਜ ਨੰਬਰ 'ਤੇ ਤੁਹਾਡੇ ਕੋਲ ਲਿਸਟ ਵੀ ਦਿੱਤੀ ਹੈ, ਦੇਖੋ ਕੰਪੋਨੈਂਟਸ ਆਫ ਕਰੰਟ ਰੇਸ਼ੋ, ਕਰੰਟ ਐਸਟਸ 'ਤੇ ਨੇ ਕਰੰਟ ਲਾਇਬਿਲਿਟੀਜ਼। ਤਾਂ ਪਲੀਜ਼ ਜੇ ਤੁਸੀਂ ਇਸ ਚੈਪਟਰ ਦੇ ਨਿਊਮੈਰੀਕਲ ਕੁਐਸਚਨਸ ਈਜ਼ੀਲੀ ਅਟੈਂਪਟ ਕਰ ਸਕਦੇ ਹੋ ਐਗਜ਼ਾਮ ਦੇ ਵਿੱਚ, ਤਾਂ ਤੁਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਜ਼ਰੂਰ ਲਰਨ ਕਰ ਲਿਓ ਕਰੰਟ ਐਸਟਸ ਅਤੇ ਕਰੰਟ ਲਾਇਬਿਲਿਟੀਜ਼। ਵੈਸੇ ਬੇਸਿਕ ਜੇ ਕਨਸੈਪਟ ਨੇ ਆਈ ਥਿੰਕ ਤੁਹਾਨੂੰ ਆਉਂਦੇ ਵੀ ਹੋਣਗੇ ਤਾਂ, ਬਟ ਫਿਰ ਵੀ ਜੇ ਕਿਸੇ ਨੂੰ ਨਹੀਂ ਆਉਂਦਾ ਇੱਥੋਂ ਤੁਸੀਂ ਯਾਦ ਵੀ ਕਰ ਸਕਦੇ ਹੋ ਇਹਨਾਂ ਨੂੰ। ਤਾਂ ਆਪਾਂ 3 ਲਿਕੁਇਡ ਰੇਸ਼ੋਜ਼ ਬਾਰੇ ਗੱਲ ਕਰ ਚੁੱਕੇ ਹਾਂ, ਕਰੰਟ ਰੇਸ਼ੋ, ਲਿਕੁਇਡ ਰੇਸ਼ੋ, ਐਬਸੋਲਿਟ ਲਿਕੁਇਡ ਰੇਸ਼ੋ, ਇੱਕ ਰਹਿ ਚੁੱਕੀ ਆਪਣੀ ਇੰਟਰਵਲ ਮੈਜ਼ਰ ਰੇਸ਼ੋ। ਤਾਂ ਅੱਜ ਆਪਣਾ ਜਿਹੜਾ ਲਿਕੁਇਡ ਰੇਸ਼ੋ ਦਾ ਟੋਪਿਕ ਹੈ ਉਹ ਕੰਪਲੀਟ ਹੋ ਜਾਏਗਾ, ਨੈਕਸਟ ਕਲਾਸ ਦੇ ਵਿੱਚ ਆਪਾਂ ਨੈਕਸਟ ਮੈਥਡ ਦੇ ਰੇਸ਼ੋਜ਼ ਕਰ ਲਵਾਂਗੇ। ਦੇਖੋ ਉਹ 3 ਤਾਂ ਬਿਲਕੁਲ ਈਜ਼ੀ ਸੀਗੇ, ਐਬਸੋਲਿਟ ਦੇ ਵਿੱਚ ਕੀ ਆ ਗਿਆ ਵਰਡ ਆ ਗਿਆ ਅੱਗੇ ਐਬਸੋਲਿਟ ਲਿਕੁਇਡ ਐਸਟਸ, ਹੁਣ ਲਿਕੁਇਡ ਐਸਟਸ ਤੁਹਾਨੂੰ ਪਤਾ ਹੀ ਹੈ ਫਾਇੰਡ ਆਊਟ ਕਰਨੇ ਆਉਂਦੇ ਨੇ। ਇੰਟਰਵਲ ਰੇਸ਼ੋ ਤੁਹਾਨੂੰ ਤੁਸੀਂ ਕੀ ਕਰਨਾ, ਲਿਕੁਇਡ ਐਸਟਸ ਅਪੋਨ ਐਵਰੇਜ ਡੇਲੀ ਕੈਸ਼ ਓਪਰੇਟਿੰਗ ਐਕਸਪੈਂਸਿਸ। ਹੁਣ ਇਹ ਕਿਵੇਂ ਕੈਲਕੂਲੇਟ ਕਰੋਗੇ, ਲਿਕੁਇਡ ਐਸਟਸ ਦੇ ਤੁਸੀਂ ਦੇਖੋ ਪਾਈ ਦੋਗੇ ਲਿਕੁਇਡ ਐਸਟਸ ਨੂੰ। ਹੁਣ ਜੇ ਆਪਾਂ ਗੱਲ ਕਰੀਏ ਐਵਰੇਜ ਡੇਲੀ ਕੈਸ਼ ਓਪਰੇਟਿੰਗ ਐਕਸਪੈਂਸਿਸ, ਤਾਂ ਜਿਵੇਂ ਤੁਸੀਂ ਉਹ ਬਣਾਉਂਦੇ ਹੁੰਦੇ ਸੀ ਨਾ ਸਬਸਿਡਰੀ ਬੁੱਕਸ ਚੈਪਟਰ ਦੇ ਵਿੱਚ, ਛੋਟੇ ਛੋਟੇ ਖਰਚੇ ਸਾਰੇ ਐਡ ਅਪ ਕਰਦੇ ਹੁੰਦੇ ਸੀਗੇ, ਸੇਮ ਤੁਹਾਡੇ ਕਿਹਦੇ ਵਿੱਚ ਪਾਉਣੇ ਨੇ ਐਵਰੇਜ ਡੇਲੀ ਕੈਸ਼ ਓਪਰੇਟਿੰਗ ਐਕਸਪੈਂਸਿਸ। ਜਿਵੇਂ ਦੇਖੋ ਸ਼ਾਰਟ ਟਰਮ ਸਿਕਿਉਰਟੀਜ਼ ਹੋ ਗਈਆਂ, ਰਿਸੀਵੇਬਲਸ ਹੋ ਗਏ, ਇਹ ਸਾਰੇ ਕੀ ਨੇ ਐਵਰੇਜ ਡੇਲੀ ਐਕਸਪੈਂਸਿਸ ਨੇ, ਤਾਂ ਇਹਨਾਂ ਨੂੰ ਕੀ ਕਰ ਦਿਓਗੇ ਤੁਸੀਂ ਅਪੋਨ ਕਰ ਦਿਓਗੇ। ਤਾਂ ਇਹ ਆਪਣੇ ਸਾਰੇ ਮੈਥਡਸ ਹੋ ਗਏ ਲਿਕੁਇਡਿਟੀ ਰੇਸ਼ੋਜ਼ ਦੇ, ਜਿੰਨੇ ਵੀ ਕੁਐਸਚਨ ਤੁਹਾਡੀ ਬੁੱਕ ਦੇ ਵਿੱਚ, ਇਲੈਸਟ੍ਰੇਸ਼ਨਸ ਕਰੋ, ਪ੍ਰੈਕਟੀਕਲਸ ਕਰੋ, ਪਤਾ ਕੀ ਕਰਿਆ ਕਰੋ, ਕੁਐਸਚਨ ਕਰ ਰਹੇ ਹੋ ਜੇ ਕੋਈ ਵੀ ਕੁਐਸਚਨ ਦੇ ਵਿੱਚ ਤੁਹਾਨੂੰ ਡਾਊਟ ਹੁੰਦਾ ਉਹਦੀ, ਬਟ ਇਹ ਨਹੀਂ ਹੁੰਦਾ ਨਾ ਕਈ ਵਾਰ ਤੁਸੀਂ ਕੀ ਕਰਦੇ ਹੋ ਕੁਐਸਚਨ ਮੈਨੂੰ ਸੋਲਵ ਕੀਤਾ ਹੋਇਆ ਤਾਂ ਦਿਖਾਉਂਦੇ ਨੇ, ਬਸ ਇਹ ਕਹਿੰਦੇ ਨੇ ਵੀ ਇਹ ਕੁਐਸਚਨ ਨਹੀਂ ਆਇਆ, ਕੀਤਾ ਕਿੱਥੇ ਉਹ ਦਿਖਾਇਆ ਕਰੋ, ਫਿਰ ਹੀ ਪਤਾ ਲੱਗਦਾ ਨਾ ਵੀ ਤੁਹਾਨੂੰ ਕਿੱਥੇ ਪ੍ਰੋਬਲਮ ਹੈ। ਤਾਂ ਜਿੰਨੇ ਵੀ ਇਹਦੇ ਹੋ ਸਕੇ ਮੈਕਸੀਮਮ ਟੂ ਮੈਕਸੀਮਮ ਇਲੈਸਟ੍ਰੇਸ਼ਨਸ ਟਰਾਈ ਕਰਿਓ ਅਤੇ ਪਿੱਛੋਂ ਪ੍ਰੈਕਟੀਕਲ ਪ੍ਰੋਬਲਮਸ ਕਰਿਓ, ਕੋਈ ਵੀ ਡਾਊਟ ਹੋਇਆ ਤਾਂ ਪੁੱਛ ਲਿਓ। ਆਪਾਂ ਨੈਕਸਟ ਕਲਾਸ ਦੇ ਵਿੱਚ ਨੈਕਸਟ ਰੇਸ਼ੋ ਕਰਾਂਗੇ,
ਇਨਵੈਂਟਰੀ ਟਰਨਓਵਰ ਰੇਸ਼ੋ, ਸਟਾਕ ਟਰਨਓਵਰ ਰੇਸ਼ੋ ਜਾਂ ਫਿਰ ਜਿਸ ਨੂੰ ਕਹਿ ਸਕਦੇ ਹਾਂ ਤੇ ਆਪਣੇ ਕ੍ਰੈਡਿਟਰਸ ਤੇ ਡੈਟਰਸ ਰੇਸ਼ੋ। ਥੈਂਕ ਯੂ।